ਬੀਬੀਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮੋਰਿੰਡਾ ਚ ਬੇਅਦਵੀਂ ਕਰਨ ਵਾਲੇ ਦੋਸ਼ੀ ਦੀ ਮੌਤ ਖੈਰਾ ਦੇ ਦੋਸ਼ ਬੇਬੁਨਿਆਦ ਕਟਾਰੂ ਚੱਕ ਦਾ ਕਹਿਣਾ ਹੋਲੇ ਮੁਹੱਲੇ ਦੌਰਾਨ ਕਤਲ ਕੀਤੇ ਗਏ ਨਿਹੰਗ ਸਿੰਘ ਪ੍ਰਦੀਪ ਸਿੰਘ ਦੇ ਕਤਲ ਕਾਂਡ ਵਿੱਚ ਵੱਡਾ ਮੋੜ ਭਾਜਪਾ ਆਗੂ ਦੇ ਇਤਰਾਜ਼ਯੋਗ ਟਵੀਟ ਪ੍ਰਿਯੰਕਾ ਗਾਂਧੀ ਦੀ ਪੂਰਨ ਸਟਾਰ ਨਾਲ ਕੀਤੀ ਤੁਲਨਾ ਮਨਕੀ ਬਾਤ ਖਿਲਾਫ ਟਿੱਪਣੀ ਕਰਨ ਵਾਲੇ ਗੁਜਰਾਤ ਦੇ ਆਪ ਪ੍ਰਧਾਨ ਤੇ ਮੁਕੱਦਮਾ ਦਰਜ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰਤ ਗੱਲਬਾਤ ਕਰਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੈਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਆਓ ਸਭ ਤੋਂ ਅਹਿਮ ਖਬਰ ਵੱਲ ਪਹਿਲਾਂ ਧਿਆਨ ਦਿਈਏ ਮੋਰਿੰਡਾ ਦੇ ਗੁਰਦੁਆਰਾ ਕੋਤ ਵਾਲੀ ਸਾਬ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਪਹਿਲਾਂ ਤਾਂ ਗ੍ਰੰਥੀ ਸਿੰਘਾਂ ਦੇ ਨਾਲ ਬਦਸਲੂਕੀ ਕੀਤੀ ਫਿਰ ਉਹਨਾਂ ਦੇ ਥੱਪੜ ਚਪੇੜਾਂ ਘਸੋਂਨ ਮਾਰਨ ਤੋਂ ਬਾਅਦ ਦਸਤਾਰਾਂ ਉਤਾਰਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ ਗਈ ਸੀ ਤੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਮ ਸੀ ਜਸਵੀਰ ਸਿੰਘ ਅਤੇ ਜਾਣਕਾਰੀ ਮਿਲ ਰਹੀ ਹੈ ਕਿ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ਹੈ 24 ਅਪ੍ਰੈਲ ਨੂੰ ਗ੍ਰਿਫਤਾਰੀ ਤੋਂ ਬਾਅਦ 29 ਅਪ੍ਰੈਲ ਨੂੰ ਰੂਪਨਗਰ ਤੋਂ ਉਸ ਨੂੰ ਮਾਨਸਾ ਭੇਜ ਦਿੱਤਾ ਗਿਆ ਸੀ ਪਰ ਉਥੋਂ ਅੱਜ ਉਸਤੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਗਈ ਹੈ ਜਾਣਕਾਰੀ ਮਿਲੀ ਹੈ ਕਿ ਜੇਲ੍ਹ ਦੇ ਵਿੱਚ ਛਾਤੀ ਚੁਸਤੇ ਦਰਤੀ ਸ਼ਿਕਾਇਤ ਹੋਈ ਤੇ ਉਹਦੇ ਤੋਂ ਬਾਅਦ ਸ਼ਾਮ ਨੂੰ ਲਗਭਗ 4 ਵਜੇ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਦੇਰ ਰਾਤ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਗਈ ਜੇਲ੍ਹ ਦੇ ਸੂਤਰਾਂ ਦਾ ਕਹਿਣਾ ਹੈ ਕਿ ਘਟਨਾ ਵਾਲੇ ਦਿਨ ਲੋਕ ਗੁੱਸੇ ਵਿੱਚ ਬਹੁਤ ਸੀ ਸੰਗਤ ਦੇ ਵੱਲੋਂ ਉਸ ਦੀ ਕੁੱਟਮਾਰ ਜਮ ਕੇ ਕੀਤੀ ਗਈ ਸੀ ਹੋ ਸਕਦਾ ਹੈ ਕੋਈ ਉਸ ਤਰ੍ਹਾਂ ਦੀ ਉਹਦੇ ਅੰਦਰੂਨੀ ਸੱਟ ਹੋਵੇ ਜੋ ਕਿ ਉਸ ਦੀ ਮੌਤ ਦਾ ਕਾਰਨ ਬਣ ਗਈ ਹੋਵੇ ਹਾਲਾਂਕਿ ਮੌਤ ਦਾ ਕਾਰਨ ਸਪਸ਼ਟ ਨਹੀਂ ਕੀਤਾ ਗਿਆ ਐਸਐਸਪੀ ਮਾਨਸਾ ਡਾਕਟਰ ਨਾਨਕ ਸਿੰਘ ਨੇ ਮੋਲਜਮ ਜਸਵੀਰ ਸਿੰਘ ਦੀ ਮੌਤ ਦੀ ਪੁਸ਼ਟੀ ਜ਼ਰੂਰ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਰਨ ਕੀ ਹੋ ਸਕਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਬਾਰੇ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਆਖਿਆ ਜਾ ਸਕਦਾ ਹੈ ਉਹਨਾਂ ਕਿਸੇ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲ ਆਖ ਰਹੇ ਨੇ ਕਿ ਉਹਦਾ ਸੋਦਾ ਲਾ ਦਿੱਤਾ ਗਿਆ ਪਰ ਐਸਐਸਪੀ ਸਾਹਿਬ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਕਿ ਉਹਨੂੰ ਕਿਸੇ ਨੇ ਹਮਲਾ ਨਹੀਂ ਕੀਤਾ ਕੁੱਟਿਆ ਨਹੀਂ ਮਾਰਿਆ ਨਹੀਂ ਉਹਦੀ লাশ ਮੋਰਚਰੀ ਵਿੱਚ ਰੱਖ ਦਿੱਤੀ ਗਈ ਸੀ ਤੇ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਣਾ ਦੱਸਿਆ ਜਾ ਰਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਹਦੀ ਮੌਤ ਦੇ ਬਾਬਤ ਸੂਚਿਤ ਕਰ ਦਿੱਤਾ ਗਿਆ ਤੁਹਾਡੇ ਧਿਆਨ ਚ ਹੋਣੀ ਹੈ ਗੱਲ ਆ ਕਿ ਘਟਨਾ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਸੰਗਤ ਸੀ ਉਸ ਘਟਨਾ ਤੋਂ ਤੁਰੰਤ ਬਾਅਦ ਉਹਨਾਂ ਨੇ ਧੋਇਆ ਸੀ, ਖਿੱਚਿਆ ਸੀ, ਵਾਲਾਂ ਤੋਂ ਘੜੀਸਿਆ ਸੀ, ਕੁੱਟਮਾਰ ਕੀਤੀ ਸੀ। ਫਿਰ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਵੀ ਲੋਕ ਇੰਨੇ ਗੁੱਸੇ ਵਿੱਚ ਸੀ ਕਿ ਲੋਕ ਰੋਡ ਬੰਦ ਕਰਕੇ ਬੈਠ ਗਏ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਆਖਿਆ ਸੀ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਉਹਦੇ ਤੋਂ ਬਾਅਦ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਬੀਤੇ ਦਿਨੀ ਅਦਾਲਤੀ ਪੇਸ਼ੀ ਦੇ ਦੌਰਾਨ ਵੀ ਮੋਰਿੰਡਾ ਦਾ ਇੱਕ ਵਕੀਲ ਸਾਹਬ ਸਿੰਘ ਉਹਨੇ ਇਹਦੇ ਤੇ ਪਿਸਤੌਲ ਤਾਣ ਲਈ ਸੀ ਹਾਲਾਂਕਿ ਉਸ ਵਕਤ ਗੋਲੀ ਨਹੀਂ ਸੀ ਚੱਲ ਸਕੀ ਵਕੀਲ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਦੱਸਣਾ ਬਣਦਾ ਕਿ ਦੋਸ਼ੀ ਜਸਵੀਰ ਸਿੰਘ ਮੋਰਿੰਡਾ ਦਾ ਰਹਿਣ ਵਾਲਾ ਸੀ ਅਤੇ ਬਿਜਲੀ ਦਾ ਕੰਮ ਕਰਦਾ ਸੀ ਅਤੇ ਲੋਕਾਂ ਦੇ ਦੱਸਣ ਅਨੁਸਾਰ ਉਹ ਝਗੜਾਲੂ ਕਿਸਮ ਦਾ ਵਿਅਕਤੀ ਸੀ ਪੁਲਿਸ ਨੇ ਜਸਵੀਰ ਸਿੰਘ ਦੇ ਖਿਲਾਫ ਧਾਰਾ 307 ਜੋ ਕਿ ਕਤਲ ਦੀ ਕੋਸ਼ਿਸ਼ ਦੀ ਹੁੰਦੀ ਹੈ 323 ਕਿਸੇ ਨੂੰ ਜ਼ਖਮੀ ਕਰਨ ਦੇ ਬਾਬਤ ਲੱਗਦੀ ਹੈ 506 ਅਪਰਾਧਕ ਧਮਕੀ ਇਹਨਾਂ ਦੇ ਤਹਿਤ ਮੁਕਾਦਮਾ ਦਰਜ ਕਰ ਲਿਆ ਸੀ ਪਰ ਉਸ ਦੀ ਅਚਨਚੇਤ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਆਪ ਆਗੂਆਂ ਤੇ ਕੁਝ ਦੋਸ਼ ਲਾ ਰਹੇ ਸੀ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਲਾਲ ਚੰਦ ਕਟਾਰੂ ਚੱਕ ਜਿਹੜੇ ਪੰਜਾਬ ਦੇ ਮੰਤਰੀ ਨੇ ਉਹਨਾਂ ਦੇ ਉੱਤੇ ਵੀ ਦੋਸ਼ ਲਾਏ ਸੀ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਹੁਣ ਪੰਜਾਬ ਦੇ ਮੰਤਰੀ ਲਾਲਚੰਦ ਕਟਾਰੂ ਚੱਕ ਸਾਹਮਣੇ ਆਏ ਨੇ ਉਹ ਕਹਿੰਦੇ ਸੁਖਪਾਲ ਖੈਰਾ ਦੇ ਜਿਹੜੇ ਦੋਸ਼ ਨੇ ਉਹ ਬੇਬੁਨਿਆਦ ਨੇ ਅਤੇ ਝੂਠੇ ਵੀ ਐ ਉਹ ਕਹਿੰਦੇ ਮੇਰਾ ਪੁੱਤਰ ਕਦੇ ਵੀ ਮੇਰਾ ਸਰਕਾਰੀ ਫੋਨ ਅਟੈਂਡੈਂਟ ਨਹੀਂ ਰਿਹਾ ਕਹਿੰਦੇ ਖੈਰਾ ਦੀ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਐ ਕਟਾਰੂ ਚੱਕ ਦਾ ਕਹਿਣਾ ਹੈ ਕਿ ਪਿਛਲੇ 11 ਮਹੀਨਿਆਂ ਤੋਂ ਮੇਰਾ ਸਰਕਾਰੀ ਫੋਨ ਅਟੈਂਡੈਂਟ ਹੈ ਜਿਹੜਾ ਉਹ ਸੰਦੀਪ ਕੁਮਾਰ ਹੈ ਤੇ ਉਹਦੇ ਪਿਤਾ ਦਾ ਨਾਮ ਸ਼ਿਵ ਲਾਲ ਐ ਉਹ ਸਾਡੇ ਵਿਧਾਨ ਸਭਾ ਹਲਕਾ ਭੂਆ ਦੇ ਪਿੰਡ ਸਰਨਾ ਦਾ ਵਸਨੀਕ ਹੈ। ਉੱਥੇ ਜੋ ਕਹਿੰਦੇ ਮੇਰੇ ਕੁੱਕ ਦਾ ਨਾਮ ਵੀ ਲੇਖਰਾਮ ਸੋਨਾਰ ਹੈ ਤੇ ਉਹਨਾਂ ਦੇ ਪਿਤਾ ਦਾ ਨਾਮ ਮੋਨ ਸਿੰਘ ਹੈ। ਤੇ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਦਾ ਰਹਿਣ ਵਾਲਾ ਹੈ। ਜਦੋਂ ਕਿ ਉਹ ਮੇਰੇ ਕੁੱਕ ਨੂੰ ਦੱਸ ਰਹੇ ਨੇ ਕਿ ਉਹ ਹੋ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹਨਾਂ ਆਖਿਆ ਕਿ ਸੁਖਪਾਲ ਖਹਿਰਾ ਹੋਰ ਕੁਝ ਨਹੀਂ ਸਿਰਫ ਤੇ ਸਿਰਫ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਬਦਨਾਮ ਕਰਨ ਦੀ ਨੀਅਤ ਦੇ ਨਾਲ ਹੀ ਮੇਰੇ ਪੁੱਤਰ ਦਾ ਨਾਮ ਲੈ ਕੇ ਮੇਰੇ ਤੇ ਝੂਠੇ ਦੋਸ਼ ਲਾ ਰਿਹਾ ਹੈ ਉਹ ਕਹਿੰਦੇ ਮੈਂ ਕਦੇ ਵੀ ਆਪਣੇ ਪਰਿਵਾਰ ਦੇ ਫਾਇਦੇ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਨਹੀਂ ਕੀਤੀ ਇਹ ਲਾਲਚੰਦ ਕਟਾਰੂ ਚੱਕ ਨੇ ਆਖਿਆ ਸੁਖਪਾਲ ਖੈਰਾ ਨੇ ਕੀ ਆਖਿਆ ਸੀ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਪਰ ਜੇ ਸੁਣਨਾ ਚਾਹੁੰਦੇ ਹੋ ਤਾਂ ਉਹ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਸੁਣਿਆ ਜਾ ਸਕਦਾ ਹੈ ਉਹਨਾਂ ਨੇ ਆਖਿਆ ਕਿ ਸੁਖਪਾਲ ਖੈਰਾ ਦਾ ਮੁੱਖ ਕੰਮ ਸਨਸਨੀ ਪੈਦਾ ਕਰਨਾ ਹੁੰਦਾ ਹੈ ਮੀਡੀਆ ਦੇ ਵਿੱਚ ਰਹਿਣਾ ਹੁੰਦਾ ਖਬਰਾਂ ਦੇ ਵਿੱਚ ਰਹਿਣਾ ਹੁੰਦਾ ਤਾਂ ਕਿ ਉਸ ਨੂੰ ਸਿਆਸੀ ਲਾਹਾ ਮਿਲ ਸਕੇ ਪਰ ਕਹਿੰਦੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਸੁਖਪਾਲ ਖਹਿਰਾ ਦੀਆਂ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਾਲਿਆ ਕਰਨ ਸੁਖਪਾਲ ਖਹਿਰਾ ਕਿਸੇ ਵਕਤ ਆਮ ਆਦਮੀ ਪਾਰਟੀ ਵਿੱਚ ਵੀ ਚਲੇ ਗਏ ਸੀ ਤੇ ਬਾਅਦ ਦੇ ਵਿੱਚ ਫਿਰ ਕਾਂਗਰਸ ਵਿੱਚ ਆ ਗਏ ਸੀ ਉਹ ਕਹਿੰਦੇ ਬਸ ਖਹਿਰਾ ਸਾਹਿਬ ਏਸੇ ਗੱਲੋਂ ਪਰੇਸ਼ਾਨ ਨੇ ਕਿ ਗਰੀਬ ਪਰਿਵਾਰਾਂ ਦੇ ਲੋਕ ਕੈਬਿਨੇਟ ਚ ਕਿਵੇਂ ਬੈਠ ਗਏ ਵਿਧਾਇਕ ਕਿਵੇਂ ਬਣ ਗਏ ਬਸ ਇਹੀ ਗੱਲ ਕਹਿੰਦੇ ਇਹ ਲੋਕ ਜਿਹੜੇ ਜੱਦੀ ਪੁਸ਼ਤੀ ਉਹ ਵੀ ਤੇ ਉਹਨਾਂ ਦੇ ਪਿਤਾ ਪੁਰਖੀ ਧੰਦਾ ਚੱਲਿਆ ਆ ਰਿਹਾ ਕੰਮ ਚੱਲ ਰਿਹਾ ਆ ਰਿਹਾ ਉਹਨਾਂ ਨੂੰ ਇਹ ਗੱਲ ਹਾਜ਼ਮ ਨਹੀਂ ਹੋ ਰਹੀ ਹੁਣ ਸੁਖਪਾਲ ਖੈਰਾ ਨੇ ਕੀ ਆਖਿਆ ਸੀ ਮੈਂ ਤੁਹਾਨੂੰ ਉਹ ਵੀ ਦੱਸ ਦਿਆਂ ਖੈਰਾ ਸਾਹਿਬ ਨੇ ਲਾਲਚੰਦ ਕਟਾਰੂ ਚੱਕ ਨੂੰ ਇੱਥੋਂ ਤੱਕ ਆਖ ਦਿੱਤਾ ਸੀ ਕਿ ਜਿਹੜੇ ਮੈਂ ਦੋਸ਼ ਲਾ ਰਿਹਾ ਉਹਦੇ ਤੋਂ ਬਾਅਦ ਬਰਖਾਸਤ ਕਰ ਦਿੱਤਾ ਜਾਵੇ ਖੈਰਾ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੀ ਸਾਲੀ ਦੇ ਮੁੰਡੇ ਨੂੰ ਅਤੇ ਇੱਕ ਹੋਰ ਨਜ਼ਦੀਕੀ ਨੂੰ ਨਿੱਜੀ ਸਟਾਫ ਦੇ ਵਿੱਚ ਭਰਤੀ ਕੀਤਾ ਹੋਇਆ ਹੈ। ਖੈਰਾ ਨੇ ਆਖਿਆ ਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਤਨਖਾਹ ਦਿੱਤੀ ਜਾ ਰਹੀ ਹੈ। ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਬਣਦਾ ਹੈ। ਇਸ ਲਈ ਕਟਾਰੂ ਚੱਕਰੂ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਸੁਖਪਾਲ ਖੈਰਾ ਨੇ ਇੱਕ ਹੋਰ ਗੱਲ ਆਖੀ ਸੀ। ਉਹ ਕਹਿੰਦੇ ਸੀ ਮੈਂ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਤ ਕੋਲ ਗਿਆ ਉਹਨਾਂ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਤੇ ਸ਼ਿਕਾਇਤ ਕੀ ਦਿੱਤੀ ਹੈ ਕਿ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਹੈ ਉਹਦੀ ਅਸ਼ਲੀਲ ਵੀਡੀਓ ਇੱਕ ਨਹੀਂ ਸਗੋਂ ਦੋ ਕਹਿੰਦੇ ਮੇਰੇ ਹੱਥ ਆਈਆਂ ਨੇ ਕਿਸੇ ਭਰੋਸੇਯੋਗ ਬੰਦਿਆਂ ਨੇ ਮੈਨੂੰ ਦਿੱਤੀਆਂ ਨੇ ਤੇ ਮੈਂ ਉਹਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਕੇ ਆਇਆ ਉਹਨਾਂ ਨੇ ਦਾਵਾ ਕੀਤਾ ਸੀ ਕਿ ਮੈਂ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ ਅਤੇ ਮੰਤਰੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਆਖਿਆ ਅਤੇ ਵੀਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ ਹਾਲਾਂਕਿ ਸੁਖਪਾਲ ਖਹਿਰਾ ਨੂੰ ਕਈ ਵਾਰੀ ਪੁੱਛਿਆ ਕਿ ਮੰਤਰੀ ਦਾ ਨਾਮ ਜਨਤਕ ਕਰਦੇ ਹੋ ਉਹ ਕਹਿੰਦੇ ਹਾਲੇ ਇਸ ਮਸਲੇ ਤੇ ਨਹੀਂ ਕੁਝ ਆਖਿਆ ਜਾ ਸਕਦਾ ਦੂਸਰੇ ਪਾਸੇ ਬਨਜਿੰਦਰ ਸਿੰਘ ਸਿਰਸਾ ਨੇ ਵੀ ਆਖਿਆ ਕਿ ਅਸੀਂ ਵੱਡਾ ਖੁਲਾਸਾ ਕਰਾਂਗੇ ਉਸ ਵੀਡੀਓ ਦੇ ਬਾਬਤ ਪਰ ਉਹਨਾਂ ਨੇ ਦੱਸਿਆ ਕਿ ਵੀਡੀਓ ਕਲਿੱਪ ਮਹਾਰਾਜਪਾਲ ਨੂੰ ਦਿਆਇਆ ਉਹਦੇ ਤੋਂ ਬਾਅਦ ਸਿਆਸੀ ਹਲਕਿਆਂ ਦੇ ਵਿੱਚ ਪੁਚਾਲ ਆਇਆ ਪਿਆ ਖੜਾ ਨੇ ਰਾਜਪਾਲ ਨੂੰ ਦੱਸਿਆ ਸੀ ਕਿ ਇੱਕ ਵੀਡੀਓ 4 ਮਿੰਟ ਦੀ ਹੈ ਦੂਸਰੀ 8 ਮਿੰਟ ਦੀ ਹੈ ਇਹ ਸ਼ਿਕਾਇਤ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਦਿੱਤੀ ਜਾ ਸਕਦੀ ਸੀ ਪਰ ਕਹਿੰਦੇ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਨੇ ਇਹ ਮਾਮਲਾ ਦਬਾ ਲੈਣਾ ਸੀ ਇਸ ਕਰਕੇ ਮੈਂ ਸਿੱਧਾ ਰਾਜਪਾਲ ਕੋਲ ਗਿਆ ਹੁਣ ਜਿਹੜੀ ਅੰਦਰੋਂ ਨਿਕਲ ਕੇ ਖਬਰ ਆਈ ਉਹਦੇ ਤੋਂ ਬਾਅਦ ਪਤਾ ਲੱਗਿਆ ਕਿ ਪੰਜਾਬ ਦਾ ਇੱਕ ਮੰਤਰੀ ਸੁਮਲਿੰਗੀ ਹੈ ਉਹਦੇ ਕਿਸੇ ਹੋਰ ਲੜਕੇ ਨਾਲ ਸਬੰਧ ਨੇ ਪਰ ਇਹ ਮਾਮਲਾ ਨਿੱਜੀ ਹੋ ਸਕਦਾ ਕਿਸੇ ਦਾ ਦੂਸਰੀ ਗੱਲ ਇਹ ਵੀ ਹੈ ਕਿ ਅੱਜ ਤੱਕ ਲੋਕ ਇਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਰਹੇ ਐ ਕਿਉਂਕਿ ਅਸੀਂ ਇੱਕ ਆਦਮੀ ਇੱਕ ਪੁਰਸ਼ ਭਾਵ ਮੇਲ ਤੇ ਫੀਮੇਲ ਦੇ ਰਿਸ਼ਤੇ ਦੀ ਤਾਂ ਗੱਲ ਕਰਦੇ ਰਹਾਂ ਪਰ ਹੁਣ ਭਾਰਤ ਵਿੱਚ ਵੀ ਤੀਸਰੇ ਜੈਂਡਰ ਦਾ ਜ਼ਿਕਰ ਹੋ ਰਿਹਾ ਕਿਉਂਕਿ ਤੀਸਰਾ ਜੈਂਡਰ ਹੋਣਾ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੈ ਇਹ ਕੁਦਰਤੀ ਵਰਤਾਰਾ ਹੈ ਇਹਨੂੰ ਲੈ ਕੇ ਅੱਜਕੱਲ੍ਹ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਚੱਲ ਰਹੀ ਹੈ ਵੇਖਣਾ ਹੋਵੇਗਾ ਕਿ ਆਉਣ ਵਾਲਾ ਵੱਡਾ ਕਿਹੜਾ ਵੀਡੀਓ ਬੰਬ ਡਿੱਗਦਾ ਤੇ ਹੁਣ ਗੱਲ ਕਰਦੇ ਆਂ ਹੋਲੇ ਮੁਹੱਲੇ ਦੇ ਦੌਰਾਨ ਇੱਕ ਕਤਲ ਹੋਇਆ ਸੀ ਉਹ ਕਤਲ ਕਾਂਡ ਬੜੀ ਚਰਚਾ ਦੇ ਵਿੱਚ ਵੀ ਰਿਹਾ ਤੇ ਕਤਲ ਕਾਂਡ ਹੋਇਆ ਸੀ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਮੁੱਖ ਮਾਰਕ ਤੇ ਪਿੰਡ ਪੈਂਦਾ ਵੱਡੜ ਉਹਦੇ ਨੇੜੇ ਹੋ ਗਿਆ ਸੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੇ ਦੌਰਾਨ ਕੈਨੇਡਾ ਤੋਂ ਗਿਆ ਇੱਕ ਨੌਜਵਾਨ ਉਹਦਾ ਕਤਲ ਹੋ ਜਾਂਦਾ ਤੇ ਨਾਮ ਸੀ ਉਹਦਾ ਪ੍ਰਦੀਪ ਤੇ ਸੀ ਨਿਹੰਗ ਸਿੰਘ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਇਸ ਮਸਲੇ ਦੇ ਵਿੱਚ ਗ੍ਰਿਫਤਾਰੀ ਕਰ ਲਈ ਗਈ ਹੈ ਤੇ ਉਸ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਦੇ ਵੱਲੋਂ ਕਥਿਤ ਦੋਸ਼ੀ ਨੂੰ 2 ਦਿਨ ਦੇ ਪੁਲਿਸ ਹਿਰਾਸਤ ਤੇ ਭੇਜ ਦਿੱਤਾ ਗਿਆ ਇਹਦੀ ਜਾਣਕਾਰੀ ਦਿੱਤੀ ਹੈ ਥਾਣਾ ਮੁਖੀ ਨੇ ਇੰਸਪੈਕਟਰ ਹਰਕੀਰਤ ਸਿੰਘ ਨੇ ਹਰਕੀਰਤ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਦੇ ਦੌਰਾਨ ਜਿਹੜੀ ਲੜਾਈ ਹੋਈ ਝਗੜਾ ਹੋਇਆ ਉਸ ਝਗੜੇ ਦੇ ਵਿੱਚ ਪਿੰਡ ਗਾਜ਼ੀਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਉਰਫ ਪ੍ਰਿੰਸ ਜਿਹੜਾ ਕਿ ਕੈਨੇਡਾ ਦਾ ਪੀਆਰਸੀ ਤੇ ਕੈਨੇਡਾ ਤੋਂ ਪੰਜਾਬ ਗਿਆ ਹੋਇਆ ਸੀ ਉਹਦਾ ਕਤਲ ਹੋ ਗਿਆ ਸੀ ਕਤਲ ਦਾ ਕਥਿਤ ਦੋਸ਼ੀ ਸਤਵੀਰ ਸਿੰਘ ਉਰਫ ਲਾਡੀ ਜਿਸ ਦਾ ਪਿੰਡ ਨਲਹੋਟੀ ਥਾਣਾ ਨੂਰਪੁਰ ਵੇਦੀ ਦੱਸਿਆ ਜਾ ਰਿਹਾ ਹੈ ਤੇ ਉਹ ਵੀ ਉਸ ਲੜਾਈ ਝਗੜੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਉਦੋਂ ਤੋਂ ਪੀਜੀਆਈ ਚੰਡੀਗੜ੍ਹ ਦੇ ਵਿੱਚੋਂ ਜੀਰੇ ਇਲਾਜ ਸੀ ਇੰਸਪੈਕਟਰ ਸਾਹਿਬ ਨੇ ਦੱਸਿਆ ਕਿ ਬੀਤੇ ਦਿਨੀ ਪੀਜੀਆ ਇ ਤੋਂ ਉਹਨੂੰ ਛੁੱਟੀ ਮਿਲ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਗ੍ਰਿਫਤਾਰ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਖੋਲੇ ਮੁਹੱਲੇ ਦੇ ਦੌਰਾਨ ਸ਼ਰਿਆਮ ਕਤਲ ਹੋ ਗਿਆ ਸੀ। ਐਨ ਆਰ ਆਈ ਨੌਜਵਾਨ ਸੀ। ਉਹਦੀਆਂ ਇੱਕ ਨਹੀਂ ਕਈ ਵੀਡੀਓਜ਼ ਤੁਸੀਂ ਵੇਖੀਆਂ ਵੀ ਹੋਣੀਆਂ ਨੇ। ਸੋਸ਼ਲ ਮੀਡੀਆ ਤੇ ਐ ਠਾ 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 ਕਰਕੇ ਵਾਇਰਲ ਹੋ ਗਈਆਂ ਸੀ। ਤੇ ਇੱਕ ਵਾਇਰਲ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਵੇਂ ਪ੍ਰਦੀਪ ਸਿੰਘ ਦਾ ਹੋਲੇ ਮਹੱਲੇ ਦੇ ਦੌਰਾਨ ਭੀੜ ਪੜੱਕੇ ਦੇ ਵਿੱਚ ਕਤਲ ਹੋ ਰਿਹਾ ਹੈ ਵਾਇਰਲ ਵੀਡੀਓ ਦੇ ਵਿੱਚ ਇਹ ਨਜ਼ਰ ਆ ਰਿਹਾ ਸੀ ਕਿ ਪਹਿਲਾਂ ਪ੍ਰਦੀਪ ਸਿੰਘ ਅਤੇ ਕੁਝ ਨੌਜਵਾਨਾਂ ਦੇ ਵਿਚਕਾਰ ਝਗੜਾ ਹੋ ਰਿਹਾ ਹੈ ਝਗੜੇ ਤੋਂ ਬਾਅਦ ਦੇ ਵਿੱਚ ਇੱਕ ਦੂਜੇ ਵਿਚਾਲੇ ਤਲਵਾਰਾਂ ਚੱਲ ਰਹੀਆਂ ਨੇ ਕਿਰਪਾਨਾਂ ਚੱਲ ਰਹੀਆਂ ਨੇ ਝਗੜੇ ਦੇ ਦੌਰਾਨ ਪ੍ਰਦੀਪ ਸਿੰਘ ਤੇ ਇੱਕ ਹੋਰ ਨੌਜਵਾਨ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸਤਵੀਰ ਸਿੰਘ ਇੱਕ ਦੂਸਰੇ ਤੇ ਹਮਲਾ ਕਰਦੇ ਨਜ਼ਰ ਆ ਰਹੇ ਨੇ ਜਦੋਂ ਪ੍ਰਦੀਪ ਸਿੰਘ ਵੱਲੋਂ ਸਤਵੀਰ ਸਿੰਘ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਸਤਵੀਰ ਸਿੰਘ ਉੱਥੇ ਹੀ ਡਿੱਗ ਪੈਂਦਾ ਤੇ ਮੌਕੇ ਤੇ ਹੋਰ ਵੀ ਬਹੁਤ ਸਾਰੇ ਲੋਕ ਉਹਦੇ ਚ ਨਜ਼ਰ ਆ ਰਹੇ ਨੇ ਫਿਰ ਨਿਹੰਗ ਸਿੰਘ ਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਤਲਵਾਰਾਂ ਨਾਲ ਹਵਰਾ ਹੁੰਦਾ ਤੇ ਇਹ ਸਤਵੀਰ ਸਿੰਘ ਮੈਂ ਦੱਸ ਦਿਆਂ ਉਹੀ ਨੌਜਵਾਨ ਹੈ ਜਿਹਨੂੰ ਪੁਲਿਸ ਦੇ ਵੱਲੋਂ ਪ੍ਰਦੀਪ ਦੇ ਕਤਲ ਕੇਸ ਵਿੱਚ ਪਹਿਲਾਂ ਹੀ ਨਾਮਜ਼ਦ ਕਰ ਦਿੱਤਾ ਗਿਆ ਸੀ ਅਤੇ ਹੁਣ ਠੀਕ ਹੋਣ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਕਿਉਂਕਿ ਪੀਜੀਆਈ ਵਿੱਚ ਉਹਦਾ ਇਲਾਜ ਚੱਲਦਾ ਰਿਹਾ ਹੈ ਹੁਣ ਜਦੋਂ ਇਹ ਝਗੜਾ ਹੋਇਆ ਜਦੋਂ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਸੀ ਕਿ ਪੀਜੀਆਈ ਉਹ ਤਾਂ ਜਿਹੜੇ ਇਲਾਜ ਸੀ ਕਿਉਂਕਿ ਹਮਲੇ ਦੌਰਾਨ ਉਹਦੇ ਦੋਵੇਂ ਹੱਥ ਵੱਡੇ ਗਏ ਸੀ ਡੂੰਘੇ ਫੱਟ ਲੱਗ ਗਏ ਸੀ ਸਤਵੀਰ ਦੇ ਪਰਿਵਾਰ ਵੱਲੋਂ ਵੀ ਪ੍ਰਦੀਪ ਸਿੰਘ ਤੇ ਲਗਾਤਾਰ ਇਹ ਦੋਸ਼ ਲਗਾਏ ਗਏ ਕਿ ਜੇਕਰ ਸਤਵੀਰ ਸਿੰਘ ਦੇ ਹੱਥ ਹੀ ਵੱਢ ਦਿੱਤੇ ਗਏ ਸੀ ਤਾਂ ਫਿਰ ਉਹ ਪ੍ਰਦੀਪ ਸਿੰਘ ਦਾ ਕਤਲ ਕਿ ਮੇੇ ਕਰਕੇ ਆ ਸ਼ਰਿਆਮ ਕਹਿੰਦੇ ਇੱਕ ਦੂਸਰੇ ਤੇ ਤਲਵਾਰਾਂ ਝੱਲੀਆਂ ਨੇ ਤਲਵਾਰਾਂ ਦੇ ਦੌਰਾਨ ਹਮਲੇ ਦੇ ਵਿੱਚ ਪ੍ਰਦੀਪ ਸਿੰਘ ਦੀ ਮੌਤ ਹੁੰਦੀ ਹੈ ਤੇ ਸਤਵੀਰ ਸਿੰਘ ਗੰਭੀਰ ਜ਼ਖਮੀ ਹੋ ਜਾਂਦਾ ਹੈ ਇਸ ਘਟਨਾ ਨਾਲ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਆ ਉੱਥੇ ਹੀ ਸਾਹਮਣੇ ਆਈ ਕਤਲ ਦੀ ਵੀਡੀਓ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਸੀ ਕਿ ਮਾਮਲਾ ਇੰਨਾ ਵਧਿਆ ਤੇ ਆਖਰਕਾਰ ਇੱਕ ਗੰਭੀਰ ਜ਼ਖਮੀ ਤੇ ਇੱਕ ਦੀ ਮੌਤ ਇਸੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸਤਵੀਰ ਸਿੰਘ ਦੇ ਪਰਿਵਾਰ ਨੇ ਵੀ ਫਿਰ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਸੀ ਅਤੇ ਵੱਡੇ ਇਲਜ਼ਾਮ ਵੀ ਲਾਏ ਸੀ। ਮੁਲਜ਼ਮ ਸਤਵੀਰ ਦੀ ਪਤਨੀ ਗੁਰਿੰਦਰ ਕੌਰ ਨੇ ਆਖਿਆ ਸੀ ਕਿ ਹੋਲੇ ਮਹੱਲੇ ਤੇ ਝਗੜਾ ਹੋਇਆ ਲੜਾਈ ਹੋਈ ਹੈ। ਪਰ ਨਿਹੰਗ ਸਿੰਘ ਜਿਸ ਦਾ ਨਾਮ ਪ੍ਰਦੀਪ ਸਿੰਘ ਸੀ ਉਹਦੇ ਉੱਤੇ ਖੁਦ ਇਲਜ਼ਾਮ ਲਾ ਦਿੱਤੇ ਸੀ। ਉਹ ਕਹਿੰਦੇ ਸੀ ਕਿ ਉਹਦੇ ਪਤੀ ਸਤਵੀਰ ਨੇ ਨਹੀਂ ਸਗੋਂ ਨਿਹੰਗ ਪ੍ਰਿੰਸ ਦੇ ਵੱਲੋਂ ਹਮਲਾ ਕੀਤਾ ਗਿਆ ਸਤਵੀਰ ਸਿੰਘ ਤੇ ਅਤੇ ਤਲਵਾਰ ਨਾਲ ਪਹਿਲਾਂ ਉਸ ਦੀ ਬਾਹ ਵੜ ਦਿੱਤੀ ਗਈ ਫਿਰ ਸਤਵੀਰ ਦਾ ਹੱਥ ਵੱਡਿਆ ਗਿਆ ਉਹਦਾ ਕਹਿਣਾ ਸੀ ਕਿ ਜੇਕਰ ਸਤਵੀਰ ਦਾ ਹੱਥ ਹੀ ਵੱਡਿਆ ਗਿਆ ਉਹਦੇ ਡੂੰਘੇ ਫਾਟੀ ਲੱਗ ਗਏ ਫਿਰ ਉਹ ਕਿਸੇ ਦਾ ਕਤਲ ਭਾਵ ਪ੍ਰਿੰਸ ਦਾ ਪ੍ਰਦੀਪ ਦਾ ਕਤਲ ਕਿਵੇਂ ਕਰ ਸਕਦਾ ਕਿਉਂਕਿ ਦੋਵੇਂ ਤਾਂ ਹੱਥੋਂ ਦੇ ਲਟਕ ਰਹੇ ਸੀ ਅਤੇ ਫਿਰ ਉਹਨੇ ਸਤਵੀਰ ਨੂੰ ਜਫੀ ਵੀ ਪਾਈ ਉਹ ਵੀਡੀਓ 'ਚ ਨਜ਼ਰ ਆ ਰਿਹਾ ਹੈ ਬਿਨਾਂ ਜਾਂਚ ਦੇ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਉਹਨੂੰ ਮਲਜ਼ਮ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਵੀ ਦੁੱਖ ਹੈ ਨਿਹੰਗ ਪ੍ਰਦੀਪ ਸਿੰਘ ਦੀ ਮੌਤ ਦਾ ਪਰ ਇਸ ਮਾਮਲੇ ਵਿੱਚ ਇੱਕ ਪੱਖ ਵੱਲ ਦੀ ਸੁਣਵਾਈ ਨਾ ਕੀਤੀ ਜਾਵੇ ਜੇ ਅਸੀਂ ਗਰੀਬ ਆ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਸੁਣੇ ਨਾ ਸਾਡੀ ਕੋਈ ਦਲੀਲ ਨਾ ਮੰਨੀ ਜਾਵੇ ਅਸੀਂ ਵੀ ਗੁਰੂ ਘਰ ਸੇਵਾ ਕਰਨ ਜਾਂਦੇ ਆ ਸਾਡੀ ਵੀ ਸੁਣੀ ਜਾਵੇ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਜੇਕਰ ਸਤਵੀਰ ਦੇ ਹੱਥੀ ਵੱਡੇ ਗਏ ਤਾ ਫਿਰ ਉਹ ਕਾਤਲ ਕਿਵੇਂ ਹੋ ਸਕਦਾ ਹੈ ਸਾਡੀ ਗੱਲ ਸੁਣੀ ਜਾਵੇ ਅਤੇ ਸਾਡੀ ਦਲੀਲ ਨੂੰ ਵੀ ਮੰਨਿਆ ਜਾਵੇ ਪਰ ਜਦੋਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਪਿੰਡ ਵਾਲਿਆਂ ਨੇ ਆਪਣਾ ਪੱਖ ਰੱਖ ਦਿੱਤਾ ਸੀ ਪਿੰਡ ਨਾਲ ਲੋਹਟੀ ਵਾਲਿਆਂ ਦਾ ਕਹਿਣਾ ਸੀ ਕਿ ਸਾਡੇ ਮੁੰਡਿਆਂ ਨੇ ਕੁਝ ਵੀ ਗਲਤ ਨਹੀਂ ਕੀਤਾ ਪਰ ਇਸ ਗੱਲ ਤੋਂ ਇਨਕਾਰ ਕੋਈ ਨਹੀਂ ਕਰ ਸਕਦਾ ਕਿ ਪ੍ਰਿੰਸ ਦਾ ਕਤਲ ਵੀ ਹੋਇਆ ਪ੍ਰਦੀਪ ਸਿੰਘ ਦਾ ਕਤਲ ਵੀ ਹੋਇਆ ਤੇ ਸਤਵੀਰ ਜ਼ਖਮੀ ਵੀ ਹੋਇਆ ਸੀ ਹੁਣ ਮਸਲਾ ਜਾਂਚ ਦਾ ਆਖਰਕਾਰ ਗ੍ਰਿਫਤਾਰੀ ਹੋ ਗਈ ਹੈ ਵੇਖਦੇ ਆ ਇਸ ਜਾਂਚ ਵਿੱਚੋਂ ਕੀ ਨਿਕਲਦਾ ਤੇ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਦੇ ਪੰਜ ਸਾਥੀਆਂ ਜਿਹੜੀ ਰਿਤ ਪਟੀਸ਼ਨ ਪਾਈ ਹੋਈ ਸੀ ਉਹ ਵਿਦਡਰਾ ਕਰ ਲਈ ਗਈ ਹੈ ਵਾਪਸ ਲੈ ਲਈ ਗਈ ਹੈ ਹੁਣ ਨਾਜ਼ਰਬੰਦੀ ਦੇ ਆਧਾਰ ਦੇ ਬਾਬਤ ਸਲਾਹਕਾਰ ਬੋਰਡ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਐਨਐਸਏ ਨੂੰ ਜੇਕਰ ਚਣੌਤੀ ਦੇਣੀ ਹੋਈ ਤਾ ਫਿਰ ਉਹਦੇ ਤੋਂ ਬਾਅਦ ਚੁਣੌਤੀ ਦੇਣ ਦੇ ਬਾਬਤ ਪਟੀਸ਼ਨਾਂ ਦਾਇਰ ਕੀਤੀਆਂ ਜਾ ਸਕਣਗੀਆਂ ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਅਮਰਿਤਪਾਲ ਸਿੰਘ ਅਤੇ ਉਸਦੇ ਕਈ ਸਾਥੀ ਜਿਨ੍ਹਾਂ ਦੇ ਉੱਤੇ NSA ਲਗਾ ਦਿੱਤਾ ਗਿਆ ਸੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਇਸ ਵਕਤ ਜਿਹੜੇ ਬੰਦ ਨੇ ਉਹਨਾਂ ਦੇ ਵਕੀਲ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਇਹਦੇ ਨਾਲ ਹੀ ਵਕੀਲਾਂ ਨੂੰ ਉਹਨਾਂ ਦੀ ਹਿਰਾਸਤ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਇਸੇ ਲਈ ਹੁਣ ਉਹ ਰਿਟ ਪਟੀਸ਼ਨਾਂ ਵਾਪਸ ਲੈ ਲਈਆਂ ਨੇ ਹੁਣ ਨਜ਼ਰਬੰਦੀ ਦੇ ਆਧਾਰ ਤੇ ਬਾਰੇ ਸਲਾਹਕਾਰ ਬੋਰਡ ਦੀ ਰਿਪੋਰਟ ਤੋਂ ਬਾਅਦ ਹੀ ਐਨਐਸ ਨੂੰ ਚੁਣੌਤੀ ਦੇਣ ਲਈ ਕੋਈ ਪਟੀਸ਼ਨ ਦਾਇਰ ਕੀਤੀ ਜਾ ਸਕੇਗੀ ਦੱਸਣਾ ਬਣਦਾ ਹੈ ਕਿ ਜਿਹੜਾ ਸਲਾਹਕਾਰ ਬੋਰਡ ਉਹ ਜਿਹੜਾ ਕਰਦਾ ਕੀ ਹੈ ਅਸਲ ਦੇ ਵਿੱਚ ਸਲਾਹਕਾਰ ਬੋਰਡ ਨੂੰ ਨਜ਼ਰਬੰਦੀ ਦੇ 7 ਹਫ਼ਤਿਆਂ ਦੇ ਅੰਦਰ ਅੰਦਰ ਰਿਪੋਰਟ ਸੌਂਪਣੀ ਹੁੰਦੀ ਹੈ ਇਹਦੇ ਤੋਂ ਪਹਿਲਾਂ ਅਮਰitsar ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਵੀ ਐਨਸੀ ਲਗਾਉਣ ਦੇ ਕਾਰਨਾਂ ਦੇ ਬਾਰੇ ਸਲਾਹਕਾਰ ਬੋਰਡ ਨੂੰ ਜਾਣੂ ਕਰਵਾਇਆ ਜਿਹੜੀ ਉਹਨਾਂ ਕੋਲ ਜਾਣਕਾਰੀ ਸੀ ਜਿਹੜੇ ਪੰਜ ਵਿਅਕਤੀ ਜਿਨ੍ਹਾਂ ਦੀਆਂ ਇਹ ਰਿਟ ਪਟੀਸ਼ਨਾਂ ਵਾਪਸ ਲਈਆਂ ਗਈਆਂ ਨੇ ਉਹਨਾਂ ਦੇ ਵਿੱਚ ਇੱਕ ਤਾਂ ਗੁਰਮੀਤ ਸਿੰਘ ਮੁਕਣਵਾਲਾ ਹੈ ਦੂਸਰੇ ਕੁਲਵੰਤ ਸਿੰਘ ਰਾਉਕੇ ਤੀਸਰੇ ਭਗਵੰਤ ਸਿੰਘ ਚੌਥਾ ਬਸੰਤ ਸਿੰਘ ਦੌਲਤਪੁਰਾ ਅਤੇ ਪੰਜਵਾਂ ਹੈ ਵਰਿੰਦਰ ਸਿੰਘ ਫੌਜੀ ਤੇ ਅਮਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਅਤੇ ਫਾਈਨੈਂਸਰ ਦਲਜੀਤ ਸਿੰਘ ਕਲਸੀ ਉਹਨਾਂ ਦੀ ਵੀ ਰਿਟ ਪਟੀਸ਼ਨ ਹਾਈ ਕੋਰਟ ਤੋਂ ਵਾਪਸ ਲੈ ਲਈ ਗਈ ਹੈ ਹੁਣ ਐਨਐਸਏ ਨੂੰ ਲਗਾਏ ਜਾਣ ਨੂੰ ਚੁਣੌਤੀ ਦੇਣ ਵਾਲੀ ਕੋਈ ਨਵੀਂ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ ਤੇ ਹੁਣ ਮੈਂ ਗੱਲ ਕਰ ਰਿਹਾ ਕਿ ਇੱਕ ਸਲਾਹਕਾਰ ਬੋਰਡ ਅਸਲ ਦੇ ਵਿੱਚ ਹੈ ਕੀ ਇਹ ਉਹਦੇ ਬਾਬਤ ਮੈਂ ਸੰਖੇਪਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕਿ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ 1980 ਦੇ ਤਹਿਤ ਸਲਾਹਕਾਰ ਬੋਰਡ ਬਣਾਉਣ ਦੀ ਇੱਕ ਵਿਵਸਥਾ ਕੀਤੀ ਹੋਈ ਹੈ ਜਿਸ ਦੀ ਜੇਕਰ ਕਿਸੇ ਵਿਅਕਤੀ ਦੀ ਇਹਦੇ ਅਧੀਨ ਗ੍ਰਿਫਤਾਰੀ ਹੁੰਦੀ ਹੈ ਜਾਂ ਕਿਸੇ ਤੇ ਐਨਐਸਏ ਲਗਾ ਦਿੱਤਾ ਜਾਂਦਾ ਹੈ ਉਹਦੇ ਤੋਂ ਬਾਅਦ ਇਸ ਸਲਾਹਕਾਰ ਬੋਰਡ ਤੋਂ ਪੁਸ਼ਟੀ ਕਰਵਾਉਣੀ ਲਾਜ਼ਮੀ ਹੁੰਦੀ ਹੈ ਇਹਦੇ ਵਿੱਚ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਦੱਸਿਆ ਜਾਣਾ ਕਿ ਉਹਨਾਂ ਨੇ ਕੌਮੀ ਸੁਰੱਖਿਆ ਐਕਟ ਕਿਉਂ ਲਗਾਇਆ ਜਾਂਦਾ ਇਹ ਜ਼ਰੂਰੀ ਹੁੰਦਾ ਮਾਹਿਰਾਂ ਦਾ ਕਹਿਣਾ ਇਹ ਹੈ ਕੇ ਕਾਨੂੰਨ ਦੇ ਵਿੱਚ ਅਜਹੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਐਕਟ ਦੀ ਦੁਰਵਰਤੋਂ ਨਾ ਹੋ ਸਕੇ ਇਹਦੀ ਅਗਵਾਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਰ ਰਹੇ ਨੇ ਦੱਸਣਾ ਬਣਦਾ ਕਿ ਇਹਦੀ ਅਗਵਾਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਰ ਰਹੇ ਨੇ ਜਦੋਂ ਕਿ ਉਹਨਾਂ ਦੇ ਨਾਲ ਦੋ ਹੋਰ ਸੀਨੀਅਰ ਵਕੀਲਾਂ ਨੇ ਵੀ ਮੈਂਬਰ ਵਜੋਂ ਲਿਆ ਹੋਇਆ ਹੁਣ ਵੇਖਦੇ ਹਾਂ ਕਿ ਇਹ ਬੋਰਡ ਕੀ ਸਲਾਹ ਦਿੰਦਾ ਤੇ ਉਹਦੇ ਤੋਂ ਬਾਅਦ ਕੋਈ ਅਗਲੀ ਕਾਰਵਾਈ ਪਾਈ ਜਾ ਸਕੇਗੀ ਤੇ ਹੁਣ ਗੱਲ ਕਰਦੇ ਆਂ ਭਾਜਪਾ ਦੇ ਨਾਲ ਸੰਬੰਧਿਤ ਖਬਰ ਦੀ ਤੁਹਾਨੂੰ ਯਾਦ ਹੋਣਾ ਕਿ WFE ਪਾਵ ਜਿਹੜੀ ਭਾਰਤ ਦਾ ਕੁਸ਼ਤੀ ਮਹਾ ਸੰਘਾ ਉਹਦੇ ਪ੍ਰਧਾਨ ਨੇ ਬ੍ਰਿਜ ਭੂਸ਼ਣ ਬ੍ਰਿਜ ਭੂਸ਼ਣ ਅਤੇ ਪਲਵਾਨਾਂ ਦੇ ਵਿਚਕਾਰ ਇਸ ਵਕਤ ਇੱਕ ਵਿਵਾਦ ਚੱਲ ਰਿਹਾ ਹੈ ਉਹਦੇ ਖਿਲਾਫ 2 ਐਫ ਆਈ ਆਰ ਦਰਜ ਹੋ ਚੁੱਕੀਆਂ ਨੇ ਪਰ ਉਹ ਬੀਤੇ 10 ਦਿਨਾਂ ਤੋਂ ਜੰਤਰ ਮੰਤਰ ਤੇ ਧਰਨਾ ਮਾਰੀ ਬੈਠੇ ਆਂ ਪਹਿਲਾਂ ਤਾਂ ਐਫਆਈਆਰ ਦਰਜ ਨਹੀਂ ਸੀ ਹੁੰਦੀ ਜੇ ਐਫਆਈਆਰ ਦਰਜ ਹੋ ਗਈ ਤਾਂ ਗ੍ਰਿਫਤਾਰੀ ਨਹੀਂ ਹੁੰਦੀ ਤੇ ਪੇਚ ਫਸਿਆ ਹੋਇਆ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵੱਖ-ਵੱਖ ਖਿਡਾਰੀ ਉਹਨਾਂ ਦਾ ਸਮਰਥਨ ਵੀ ਕਰਨ ਜਾ ਰਹੇ ਨੇ ਕਿ ਸਾਡੇ ਰੀਅਲ ਹੀਰੋਜ਼ ਦੇ ਨਾਲ ੱੱੱਕਾ ਨਹੀਂ ਹੋਣਾ ਚਾਹੀਦਾ ਤੇ ਇਸੇ ਹੀ ਵਿਵਾਦ ਦੇ ਦਰਮਿਆਨ ਜਰਨਾਰਦਨ ਮੇਸ਼ਰਾ ਜਿਹੜੇ ਕਿ ਭਾਜਪਾ ਦੇ ਕਾਗੂ ਨੇ ਉਹਨਾਂ ਨੇ ਇੱਕ ਵਿਵਾਦਕ ਟਿੱਪਣੀ ਕੀਤੀ ਹੈ ਉਹਨਾਂ ਨੇ ਪਰਵਾਨਾ ਦੇ ਸਮਰਥਨ ਕਰਨ ਗਈ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਦੀ ਤੁਲਨਾ ਪੂਰਨ ਸਟਾਰ ਮੀਆਂ ਖਲੀਫਾ ਦੇ ਨਾਲ ਕਰ ਦਿੱਤੀ ਹੈ ਜੋ ਕਿ ਅਤ ਨਿੰਦਣ ਯੋਗ ਹੈ ਤੁਹਾਨੂੰ ਯਾਦ ਹੋਣਾ ਕਿ 2 ਦਿਨ ਪਹਿਲਾਂ ਜਿਵੇਂ ਅਰਵਿੰਦ ਕੇਜਰੀਵਾਲ ਜਿਵੇਂ ਨਵਜੋਸ਼ ਸਿੱਧੂ ਤੇ ਹੋਰ ਬਹੁਤ ਸਾਰੇ ਆਗੂ ਨੇ ਜਿਹੜੇ ਪਲਵਾਨਾਂ ਦੇ ਨਾਲ ਧਰਨੇ ਤੇ ਬੈਠਦੇ ਆ ਉਸੇ ਤਰੀਕੇ ਨਾਲ ਪ੍ਰਿਯੰਕਾ ਗਾਂਧੀ ਵੀ ਗਈ ਸੀ ਪ੍ਰਿਯੰਕਾ ਗਾਂਧੀ ਦੀ ਇਸ ਭਾਜਪਾ ਆਗੂ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਫੋਟੋ ਸ਼ੇਅਰ ਕਰਦੇ ਹੋਏ ਜਨਾਰਦਨ ਮਿਸ਼ਰਾ ਨੇ ਲਿਖਿਆ ਹੈ ਕਿ ਮੀਆਂ ਖਲੀਫਾ ਵਿਰੋਧ ਦੇ ਸਮਰਥਨ ਚ ਨਹੀਂ ਆਈ ਉਹ ਵੀ ਕੁਸ਼ਤੀ ਚੈਂਪੀਅਨ ਹੈ ਭਾਈ ਹੁਣ ਉਹ ਪੂਰਨ ਸਟਾਰ ਨੂੰ ਵੀ ਦੱਸ ਰਿਹਾ ਕਿ ਉਹ ਵੀ ਤਾਂ ਇੱਕ ਤਰ੍ਹਾਂ ਦੀ ਕੁਸ਼ਤੀ ਹੀ ਕਰਦੀ ਹੈ। ਅਤ ਨਿੰਦਣ ਯੋਗ ਹੈ ట్ਵੀਟ। ਇੱਕ ਨਹੀਂ ਇੱਕ ਤੋਂ ਬਾਅਦ ਉਹਨੇ ਕਈ ట్ਵੀਟ ਕੀਤੇ ਨੇ। ਤੇ ਜਿਹੜੇ ਉਹਦੇ ਵਿਵਾਦਿਤ ట్ਵੀਟ ਨੇ ਪੋਸਟਾਂ ਨੇ ਉਹਦੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਉਸ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਪਰ ਇਹਨਾਂ ਲੋਕਾਂ ਦੀ ਚਮੜੀ ਮੋਟੀ ਵੱਡੀ ਹੁੰਦੀ ਹੈ। ਤੇ ਲੋਕ ਉਹਨੂੰ ਉਹਦੀ ਭਾਸ਼ਾ 'ਚ ਜਵਾਬ ਵੀ ਦੇ ਰਹੇ ਨੇ। ਚਾਰ ట్ਵੀਟ ਕੀਤੇ ਐ। ਇੱਕ 'ਚ ਲਿਖਦਾ ਹੈ ਕਿ ਉਹ ਲੰਗੋਟੇ ਅਤੇ ਕੱਛੇ ਪਾ ਕੇ ਕੁਸ਼ਤੀ ਕਰ ਰਹੇ ਸੀ। ਇਸ ਲਈ ਉਹਨਾਂ ਨੂੰ ਸਤਕਾਰ ਮਿਲਦਾ ਰਿਹਾ ਪਾ ਪਲਵਾਨਾਂ ਦੀ ਗੱਲ ਕਰ ਰਿਹਾ ਹੈ ਪਰ ਕਹਿੰਦਾ ਅੱਜ ਤੁਸੀਂ ਪੂਰੇ ਕੱਪੜੇ ਪਾ ਕੇ ਵਿਰੋਧ ਕਰ ਰਹੇ ਹੋ ਤਾਂ ਵੀ ਤੁਸੀਂ ਨੰਗੇ ਹੋਗੇ ਉਹਦਾ ਕਹਿਣ ਦਾ ਭਾਵ ਹੈ ਕਿ ਤੁਸੀਂ ਤਾਂ ਸਿਆਸਤ ਕਰ ਰਹੇ ਹੋ ਪਰ ਜਦੋਂ ਤੁਸੀਂ ਕੱਪੜੇ ਲਾ ਕੇ ਖੇਡ ਦੇ ਮੈਦਾਨ ਵਿੱਚ ਸੀ ਤੇ ਉਦੋਂ ਤੁਹਾਡੀ ਲੋਕ ਵਾਹਵਾ ਕਰਦੇ ਸੀ ਇੱਕ ਟਵੀਟ ਕੀਤਾ ਉਹਨੇ ਹੋਰ ਦੂਸਰਾ ਉਹ ਕਹਿੰਦੇ ਲੋਕ ਦੂਜਿਆਂ ਤੇ ਚਿੱਕੜ ਸੁੱਟਦੇ ਦਾ ਸੁਣਿਆ ਪਰ ਮਹਿਲਾ ਪਲਵਾਨਾਂ ਆਪਣੇ ਤੇ ਚਿੱਕੜ ਸੁੱਟ ਰਹੀਆਂ ਨੇ ਤੀਸਰਾ ਟਵੀਟ ਕੀਤਾ ਉਹਨੇ ਕਹਿੰਦਾ ਜਿਹੜੇ ਖਾਨਦਾਨੀ ਪਲਵਾਨ ਹੁੰਦੇ ਆ ਨਾ ਉਹ ਦੂਸਰੇ ਨੂੰ ਵਿਰੋਧੀ ਨੂੰ ਪਟਕਾ ਕੇ ਮਾਰਦੇ ਆ ਪਰ ਤੁਹਾਡਾ ਸਰੀਰਕ ਸ਼ੋਸ਼ਣ ਦੱਸ ਰਿਹਾ ਹੈ ਕਿ ਤੁਹਾਡੀ ਪਲਵਾਨੀ ਨਵੀਂ-ਨਵੀਂ ਹੈ ਚੌਥਾ ਟਵੀਟ ਕੀਤਾ ਕਹਿੰਦਾ ਇੱਕ ਆਮ ਕੁੜੀ ਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਉਹਦਾ ਸਰੀਰਕ ਸ਼ੋਸ਼ਣ ਕਰ ਦਿੱਤਾ ਗਿਆ ਪਰ ਜਿੰਨੀਆਂ ਵੀ ਮਸ਼ਹੂਰ ਹਸਤੀਆਂ ਹੁੰਦੀਆਂ ਨੇ ਇਹਨਾਂ ਨੂੰ ਇਹ ਗੱਲ ਸਮਝਣ 'ਚ ਹੀ ਕਈ ਸਾਲ ਲੱਗ ਜਾਂਦੇ ਆ ਕਿ ਉਹਨਾਂ ਨਾਲ ਕਿਸ ਨੇ ਸਰੀਰਕ ਸ਼ੋਸ਼ਣ ਕੀਤਾ ਅਧਿਹਾ ਕਿਉਂ ਹੁਣ ਪਤਾ ਨਹੀਂ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਕਦੋਂ ਸਮਝਣਗੇ ਸਾਡੇ ਲੀਡਰ ਜੇਕਰ ਉਹਨਾਂ ਨਾਲ ਧੱਕਾ ਹੋਇਆ ਹੈ ਉਹਨਾਂ ਦੇ ਹੱਕ ਵਿੱਚ ਨਿਤਰਨ ਦੀ ਬਜਾਏ ਆਪਣੇ ਆਗੂਆਂ ਦੇ ਹੱਕ ਵਿੱਚ ਨਿਤਰਨਾ ਕੋਈ ਬਹੁਤੀ ਧਿਆਨਤਦਾਰੀ ਨਹੀਂ ਤੇ ਅਗਲੀ ਗੱਲ ਕਰਦਿਆਂ ਕਿ ਮਨਕੀ ਬਾਤ ਦੇ ਖਿਲਾਫ ਇੱਕ ਟਿੱਪਣੀ ਕਰਨ ਦੇ ਕਾਰਨ ਇੱਕ ਟਵੀਟ ਦੇ ਕਾਰਨ ਮਕਦਮਾ ਦਰਜ ਹੋ ਗਿਆ ਹੈ ਇਹ ਮਕਦਮਾ ਦਰਜ ਹੋਇਆ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਸੂਬਾ ਪ੍ਰਧਾਨ ਨੇ ਇਸੂਦਨ ਗੜਵੀ ਇਸੂਦਨ ਗੜਵੀ ਦੇ ਖਿਲਾਫ ਸਾਈਬਰ ਐਕਟ ਦੇ ਤਹਿਤ ਮਕਦਮਾ ਦਰਜ ਕਰ ਲਿਆ ਗਿਆ ਅਸਲ ਦੇ ਵਿੱਚ ਗੜਵੀ ਦੇ ਖਿਲਾਫ ਇਹ ਮਾਮਲਾ ਸ਼ੁੱਕਰਵਾਰ ਨੂੰ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਉਸ ਟਵੀਟ ਨੂੰ ਲੈ ਕੇ ਦਰਜ ਕਰ ਲਿਆ ਗਿਆ ਉਹਨਾਂ ਨੇ ਦਾਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੀ ਮਨ ਕੀ ਬਾਤ ਕਰਦੇ ਆ ਮਨ ਕੀ ਬਾਤ ਪ੍ਰੋਗਰਾਮ ਤੇ ਹੁਣ ਤੱਕ ਜਿੰਦਾ ਸ਼ੁਰੂ ਕੀਤਾ ਗਿਆ ਹੈ ਉਹਨੇ ਲਿਖਿਆ ਕਿ 830 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਨੇ 28 ਅਪ੍ਰੈਲ ਨੂੰ ਉਹਨਾਂ ਦਾ ਇਹ ਟਵੀਟ ਸੀ ਟਵੀਟ ਵਿੱਚ ਇਹ ਦਾਵਾ ਸੀ ਕਿ ਪੀਐਮ ਮੋਦੀ ਦੀ ਮਨ ਕੀ ਬਾਤ ਦੇ ਇੱਕ ਐਪੀਸੋਡ ਤੇ ਇੱਕ ਕਿਸ਼ਤੇ 8 ਕਰੋੜ ਤੇ 30 ਲੱਖ ਰੁਪਏ ਲੱਗ ਜਾਂਦੇ ਆ ਜਿਸ ਦਾ ਮਤਲਬ ਇਹ ਹੋਇਆ ਕਿ ਕੇਂਦਰ ਸਰਕਾਰ ਨੇ ਹੁਣ ਤੱਕ 100 ਐਪੀਸੋਡ ਟੈਲੀਕਾਸਟ ਕਰ ਦਿੱਤੇ ਆ ਜੇ 100 ਐਪੀਸੋਡ ਹੋਗੇ ਤਾਂ ਇਹਦਾ ਮਤਲਬ 830 ਕਰੋੜ ਰੁਪਏ ਹੁਣ ਤੱਕ ਖਰਚੇ ਗਏ। ਇਹ ਬਹੁਤ ਜ਼ਿਆਦਾ ਹੈ। ਉਹ ਕਹਿੰਦੇ ਭਾਜਪਾ ਵਰਕਰਾਂ ਨੂੰ ਉਚੇਚੇ ਤੌਰ ਤੇ ਦਾ ਵਿਰੋਧ ਕਰਨਾ ਚਾਹੀਦਾ ਸੀ। ਉਹ ਕਹਿੰਦੇ ਹੋਰ ਤਾਂ ਕੋਈ ਨਹੀਂ ਜ਼ਿਆਦਾਤਰ ਭਾਜਪਾ ਵਾਲੀ ਸੁਣਦੇ ਐ। ਫਿਰ ਇਸ ਟਵੀਟ ਦਾ ਗੰਭੀਰ ਨੋਟਿਸ ਲੈ ਲਿਆ ਗਿਆ ਹੈ। ਅਹਮਦਾਬਾਦ ਸਾਈਬਰ ਕ੍ਰਾਈਮ ਬ੍ਰਾਂਚ ਨੇ 28 ਤਰੀਕ ਨੂੰ ਇਹਨਾਂ ਨੇ ਟਵੀਟ ਕੀਤਾ 29 April ਨੂੰ ਉਹਨਾਂ ਦੇ ਖਿਲਾਫ ਆਈਪੀਸੀ ਤੇ ਸੂਚਨਾ ਟੈਕਨੋਲੋਜੀ ਐਕਟ ਦੇ ਤਹਿਤ ਮੋਕਦਮਾ ਦਰਜ ਕਰ ਲਿਆ ਹੈ ਤੇ ਹੁਣ ਇਹਦੀ ਕੀਤੀ ਜਾ ਰਹੀ ਹੈ ਜਾਂਚ ਤੁਹਾਨੂੰ ਦੱਸਦੇ ਹਾਂ ਕਿ ਬੀਤੇ ਐਤਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਬਣਕੀ ਬਾਤ ਉਹਦਾ 100ਵਾਂ ਐਪੀਸੋਡ ਸੀ ਪ੍ਰਸਾਰਤ ਹੋਇਆ ਸੀ ਦੱਸਣਾ ਬਣਦਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਈਸ਼ੂਦਨ ਗੜਵੀ ਨੂੰ ਆਪਣਾ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ ਈਸ਼ੂਦਨ ਗੜਵੀ ਦਰਅਸਲ ਪੇਸ਼ੇ ਤੋਂ ਇੱਕ ਪੱਤਰਕਾਰ ਸਨ ਪਰ ਹੁਣ ਵੇਖਦੇ ਹਾਂ ਕਿ ਉਹਨਾਂ ਦੇ ਟਵੀਟ ਦੇ ਕਾਰਨ ਉਹਨਾਂ ਨੂੰ ਕਿੰਨਾ ਕੁ ਖਮਿਆਜ਼ਾ ਭੁਗਤਣਾ ਪੈਂਦਾ ਸੋ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਉ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ